ਹੁਣ ਆਪਾਂ ਗੱਲ ਕਰਦੇ ਹਾਂ ਜੀ ਟਾਈਟਲ 42 ਦੀ, ਜੋ ਕਿ ਐਂਡ ਹੋਣ ਜਾ ਰਿਹਾ ਮਈ 11 ਨੂੰ। ਅਤੇ ਇਹਦੇ ਵਿੱਚ ਜਿਹੜੀ ਸਰਕਾਰ ਆ ਅਮਰੀਕਾ ਦੀ, ਉਹਨੂੰ ਹੱਥਾਂ ਪੈਰਾਂ ਦੀ ਪਈ ਆ, ਕਿਉਂਕਿ ਹਜ਼ਾਰਾਂ ਬੰਦੇ ਜਿਹੜੇ ਨੇ ਉਹ ਮੈਕਸੀਕੋ US ਜਿਹੜਾ ਬਾਰਡਰ ਆ ਉੱਥੇ ਬੈਠੇ ਨੇ ਆਉਣ ਵਾਸਤੇ। ਅਤੇ ਜੇ ਖਤਮ ਹੋ ਜਾਂਦਾ ਤਾਂ ਉਹਦੇ ਨਾਲ ਮਤਲਬ ਸਰਕਾਰ ਨੂੰ ਇਹ ਆ ਵੀ ਕਿਤੇ ਇੱਥੇ ਇੰਨੇ ਜ਼ਿਆਦਾ ਬੰਦੇ ਨਾ ਆ ਜਾਣ ਕਿ ਜਿਨ੍ਹਾਂ ਨੂੰ ਸਾਂਭਣਾ ਜਿਹੜਾ ਉਹ ਮੁਸ਼ਕਿਲ ਹੋ ਜਾਵੇ। ਅਤੇ ਇਹਦੇ 'ਚ ਹੁਣ ਥੋੜ੍ਹੀ ਜਿਹੀ ਇਹਦੀ ਜਿਹੜੀ ਹੈਗੀ ਆ ਉਹ ਹਿਸਟਰੀ ਬਾਰੇ ਆਪਾਂ ਜਾਣਕਾਰੀ ਦਿੰਦੇ ਹਾਂ ਵੀ ਇਹ ਟਾਈਟਲ 42 ਹੈ ਕੀ ਅਤੇ ਕੀ ਇਹਦਾ ਇੰਪੈਕਟ ਪੈਣਾ। ਜਿਹੜਾ ਇਹ ਟਾਈਟਲ 42 ਆ ਇਹ ਸ਼ੁਰੂ ਹੋਇਆ ਸੀ ਜੀ 1944 ਦੇ ਵਿੱਚ, ਇੱਕ ਲਾਅ ਹੈਗਾ ਉਹਦਾ ਨਾਂ ਹੈਗਾ ਪਬਲਿਕ ਹੈਲਥ ਐਕਟ। ਸੋ ਪਬਲਿਕ ਹੈਲਥ ਐਕਟ ਦਾ ਹਿੱਸਾ ਸੀ ਜਿਹੜਾ ਕਿ US ਅਥਾਰਟੀਜ਼ ਨੂੰ ਐਮਰਜੈਂਸੀ ਪਾਵਰ ਦਿੰਦਾ ਸੀਗਾ ਕਿ ਜਿੱਥੇ ਬਿਮਾਰੀ ਫੈਲ ਸਕਦੀ ਆ ਉਸ ਸੂਰਤ ਦੇ ਵਿੱਚ ਸਰਕਾਰੀ ਜਿਹੜੇ ਅਧਿਕਾਰੀ ਨੇ ਉਹ ਕੋਈ ਵੀ ਐਕਸ਼ਨ ਜਿਹੜਾ ਉਹ ਲੈ ਸਕਦੇ ਨੇ। ਅਤੇ ਇਹ ਪੋਲਿਸੀ ਜਿਹੜੀ ਆ ਇਹਨੂੰ ਜ਼ਿਆਦਾ ਜਿਹੜਾ ਹੈਗਾ ਉਹ 2020 ਮਾਰਚ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਟਰੰਪ ਸੀ, ਹੁਣ ਤੋਂ ਪਿਛਲਾ ਪ੍ਰੈਜ਼ੀਡੈਂਟ, ਉਹਨੇ ਇਨਵੋਕ ਕੀਤਾ। ਅਤੇ ਉਹਨੇ ਜਦੋਂ ਇੱਥੇ ਬਿਮਾਰੀ ਫੈਲ ਗਈ, ਮਹਾਂਮਾਰੀ ਫੈਲ ਗਈ, ਉਹਨੂੰ ਰੋਕਣ ਵਾਸਤੇ ਉਹਨੇ ਇਹ ਕੋਸ਼ਿਸ਼ ਜਿਹੜੀ ਕੀਤੀ ਕਿ ਇਹ ਲਾ ਕੇ ਬੰਦਿਆਂ ਨੂੰ ਰੋਕਿਆ ਜਾ ਸਕੇ ਕਿ ਇੱਥੇ ਬਿਮਾਰੀ ਫੈਲਾਉਣਗੇ। ਅਤੇ ਇਹ ਜਦੋਂ ਲਾਗੂ ਹੁੰਦਾ ਤਾਂ ਸਰਕਾਰ ਜਿਹੜੀ ਆ ਉਹ ਐਂਟਰੀ ਦੇਣ ਤੋਂ ਰੋਕ ਸਕਦੀ ਆ, ਅਤੇ ਜਿਹੜੇ ਵੀ ਬੰਦਿਆਂ ਨੂੰ ਰੋਕਦੀ ਆ ਉਹਨਾਂ ਨੂੰ ਉਹ ਵਾਪਸ ਰਿਪੋਰਟ ਮੈਕਸੀਕੋ ਜਾਂ ਹੋਰ ਕਿਤੇ ਜਿਹੜਾ ਉਹ ਕਰ ਸਕਦੇ ਆ। ਅਤੇ ਇਹ ਹੈਲਥ ਰਿਸਕ ਬੇਸਿਕਲੀ ਇਹਦਾ ਮੇਨ ਬੇਸ ਹੁੰਦਾ ਵੀ ਜਿਹੜਾ ਬੰਦਾ ਆਊਗਾ ਬਿਮਾਰੀ ਫੈਲਾਊਗਾ, ਇਸ ਕਰਕੇ ਅਸੀਂ ਉਹਨੂੰ ਐਂਟਰੀ ਅਮਰੀਕਾ 'ਚ ਨਹੀਂ ਦੇਣੀ। ਹੁਣ ਜੇ ਇਹ ਖਤਮ ਹੁੰਦਾ ਤਾਂ ਮਈ 11 ਨੂੰ, ਜੋ ਕਿ ਉਮੀਦ ਹੈ ਇਹਦੇ ਖਤਮ ਹੋਣ ਦੀ, ਤਾਂ ਇਹਦੇ ਨਾਲ ਬਹੁਤ ਜ਼ਿਆਦਾ ਬੰਦੇ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਆਉਣ ਦੀ ਉਮੀਦ ਆ, ਜੋ ਕਿ ਸਰਕਾਰ ਨਹੀਂ ਲਾਉਣਾ ਚਾਹੁੰਦੀ। ਅਤੇ ਖਬਰ ਆਈ ਆ ਕਿ 1500 ਹੋਰ ਐਡੀਸ਼ਨਲ ਜਿਹੜੇ ਟਰੂਪਸ ਨੇ ਉਹ ਗੌਰਮੈਂਟ ਨੇ ਭੇਜੇ ਨੇ ਬਾਰਡਰ ਦੇ ਉੱਤੇ। ਸੋ ਸਰਕਾਰ ਜਿਹੜੀ ਆ ਉਹ ਦਾ ਬਾਈਡਨ ਐਡਮਿਨਿਸਟ੍ਰੇਸ਼ਨ ਅਨਾਊਂਸ ਟਿਊਜ਼ਡੇ ਇਟ ਵਿਲ ਸੈਂਡ 1500 ਐਕਟਿਵ ਡਿਊਟੀ ਟਰੂਪਸ, ਜਿਹੜੇ ਐਕਟਿਵ ਡਿਊਟੀ ਆਰਮੀ ਦੇ ਹੈਗੇ ਨੇ ਟਰੂਪਸ, ਉਹਨਾਂ ਨੂੰ US ਮੈਕਸੀਕੋ ਬਾਰਡਰ 'ਤੇ ਭੇਜਿਆ ਤਾਂ ਕਿ ਜਿਹੜੇ ਲੋਕਾਂ ਨੇ ਆਉਣਾ ਉਹਨਾਂ ਨੂੰ ਉੱਥੋਂ ਆਉਣ ਤੋਂ ਰੋਕਿਆ ਜਾ ਸਕੇ। ਅਤੇ 90 ਦਿਨ ਲਈ ਇਹ ਡਿਪਲੋਏ ਜਿਹੜੇ ਆ ਉਹ ਕੀਤੇ ਜਾਣਗੇ। ਇਹ ਵੀ ਹੋ ਸਕਦਾ ਕਿ ਕੋਈ ਕੋਰਟ ਜਿਹੜੀ ਆ ਇਹਨੂੰ ਸਟੇਅ ਦੇ ਦੇਵੇ, ਜਿਵੇਂ ਲਾਸਟ ਟਾਈਮ US ਸੁਪਰੀਮ ਕੋਰਟ ਨੇ ਇੱਥੇ ਸਟੇਅ ਕਰਤਾ ਸੀ ਵੀ ਇਹ ਲਾਗੂ ਰਹੇਗੀ। ਸੋ ਇਹ ਵੀ ਪੋਸੀਬਿਲਿਟੀ ਹੈ ਕਿ 11 ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਕੋਈ ਜਿਹੜੀ ਕੋਰਟ ਆ, ਕੋਈ ਕੋਰਟਾਂ ਦੇ ਵਿੱਚ ਇਹ ਮਸਲਾ ਜਿਹੜਾ ਆਲਰੇਡੀ ਗਿਆ ਹੋਇਆ, ਅਤੇ ਕੋਈ ਕੋਰਟ ਇਹਨੂੰ ਜਿਹੜਾ ਉਹ ਸਟੇਅ ਦੇਵੇ। ਇਹਦੇ ਨਾਲ ਨਾਲ ਇੱਕ ਬਾਈ ਪਾਰਟੀਜ਼ਨ ਬਿੱਲ ਵੀ ਪੇਸ਼ ਕੀਤਾ ਗਿਆ ਸੈਨੇਟ ਦੇ ਵਿੱਚ, ਜਿਹੜਾ ਕਿ ਇਹ ਕਹਿ ਰਿਹਾ ਕਿ ਟਾਈਟਲ 42 ਨੂੰ ਅੱਗੇ ਹੋਰ ਐਕਸਟੈਂਸ਼ਨ ਮਿਲਣੀ ਚਾਹੀਦੀ ਆ, ਇਹਨੂੰ ਲਾਗੂ ਰੱਖੋ ਤਾਂ ਕਿ ਘੱਟ ਬੰਦੇ ਜਿਹੜੇ ਅਮਰੀਕਾ 'ਚ ਆਉਣ। ਸੋ ਇਹਦੇ 'ਚ ਇਹ ਹੁਣ ਦੇਖਣ ਵਾਲੀ ਗੱਲ ਆ ਵੀ ਇਹ ਕੀ ਇਹਦਾ ਇੰਪਲੀਕੇਸ਼ਨ ਹੋਏਗੀ ਜਦੋਂ 11 ਨੂੰ ਖਤਮ ਹੁੰਦਾ ਇਹ, ਅਤੇ ਇਹਦੇ 'ਚ ਸਰਕਾਰ ਜਿਹੜੀ ਆ ਉਹ ਕੀ ਸਟੈਪ ਜਿਹੜੀ ਚੱਕੇਗੀ। ਪਰ ਅਜੇ ਤੱਕ ਜਿਹੜੀ ਗੌਰਮੈਂਟ ਆ ਉਹ ਬੇਸਿਕਲੀ ਉਹਨਾਂ ਨੇ ਜਿਹੜੇ ਸਟੈਪਸ ਲੈ ਰਹੇ ਨੇ ਉਹ ਇਹ ਕਹਿ ਰਹੇ ਆ ਵੀ ਅਸੀਂ ਕੁਛ ਬੰਦੇ ਦਾ ਮੈਕਸੀਕੋ ਦੇ ਵਿੱਚ ਐਡਜਸਟ ਕਰਾਂਗੇ, ਅਤੇ ਕੁਛ ਬੰਦੇ ਸਪੇਨ ਨਾਲ ਗੱਲਬਾਤ ਕੀਤੀ ਆ ਉਹ ਲੈਣ ਨੂੰ ਤਿਆਰ ਨੇ, ਕੈਨੇਡਾ ਲੈਣ ਨੂੰ ਤਿਆਰ ਆ, ਖਾਸ ਕਰਕੇ ਜਿਹੜੇ ਸੈਂਟਰਲ ਅਮੈਰੀਕਨ ਕੰਟਰੀਸ ਆਉਂਦੇ ਨੇ ਜਿਵੇਂ ਹੰਡੋਰਸ ਹੋ ਗਿਆ, ਐਲ ਸੈਲਵਾਡੋਰ ਹੋ ਗਿਆ, ਉਦੋਂ ਬਾਅਦ ਗੁਆਟੇਮਾਲਾ ਹੋ ਗਿਆ, ਵੈਨਜ਼ੁਏਲਾ ਹੋ ਗਿਆ, ਉਹਨਾਂ ਬੰਦਿਆਂ 'ਤੇ ਜ਼ਿਆਦਾ ਇਹ ਅਪਲਾਈ ਆ। ਅਤੇ ਹੁਣ ਜਿਹੜੀ ਇੱਕ ਐਪ ਹੈ ਉਹ ਕ੍ਰੀਏਟ ਕੀਤੀ ਗਈ ਹੈ ਜਿਹ 'ਚ 1000 ਅਪੁਆਇੰਟਮੈਂਟਾਂ ਇੱਕ ਦਿਨ ਦੇ ਵਿੱਚ ਮਿਲਣਗੀਆਂ ਸੈਲਮ ਸੀਕਰਸ ਨੂੰ ਪੋਰਟ ਆਫ ਐਂਟਰੀ ਦੇ। ਜਿਹੜਾ ਉਹ ਐਪ ਤੋਂ ਬਿਨਾਂ ਐਂਟਰ ਹੋਣ ਦੀ ਕੋਸ਼ਿਸ਼ ਕਰੇਗਾ ਉਹ 'ਤੇ ਉਹ ਕਹਿੰਦੇ ਡੈਪੋਟੇਸ਼ਨ ਲਾ ਕੇ 5 ਸਾਲ ਦੀ ਉਹਨੂੰ ਵਾਪਸ ਭੇਜ ਦਿੱਤਾ ਜਾਏਗਾ। ਅਤੇ ਉਹ ਐਪ 'ਤੇ 1000 ਬੰਦਾ ਜਿਹੜਾ ਹੈਗਾ ਉਹ ਅਮਰੀਕਾ ਦੇ ਵਿੱਚ ਅਸੈਲਮ ਕਲੇਮ ਕਰਨ ਲਈ ਇੱਕ ਦਿਨ 'ਚ ਐਂਟਰ ਕਰੇਗਾ। ਪਰ ਡਿਮਾਂਡ ਜਿਹੜੀ ਆ ਉਹ ਬਹੁਤ ਜ਼ਿਆਦਾ, ਲੇਕਿਨ ਸਰਕਾਰ ਚਾਹੁੰਦੀ ਆ ਵੀ ਘੱਟ ਬੰਦੇ ਜਿਹੜੇ ਆ ਉਹ ਐਂਟਰ ਹੋਣ। ਅਤੇ ਇਸੇ ਕਰਕੇ ਇਹਨਾਂ ਨੇ ਐਪ ਕ੍ਰੀਏਟ ਕੀਤੀ ਆ, ਉਹਦੇ ਵਿੱਚ ਤੁਹਾਨੂੰ ਆਪਣਾ ਬਾਇਓਡਾਟਾ ਵਗੈਰਾ ਭਰਨਾ ਪਏਗਾ ਉਹਨਾਂ ਨੂੰ, ਅਤੇ ਜਿਹੜਾ ਨੂੰ ਉੱਥੇ ਅਲਾਓ ਕਰਨਗੇ ਉਹੀ ਬੰਦੇ ਇੱਥੇ ਆ ਕੇ ਸੈਲਮ ਲੈ ਸਕਣਗੇ। ਜੇ ਕੋਈ ਉਸ ਤੋਂ ਬਿਨਾਂ ਆਏਗਾ ਤਾਂ ਉਹਨੂੰ ਇਹ ਡਿਪੋਰਟ ਜਿਹੜਾ ਉਹ ਕਰਨਗੇ। ਅਤੇ ਜਿਹੜੀਆਂ ਅਸੈਲਮ ਦੀਆਂ ਇੰਟਰਵਿਊਜ਼ ਨੇ ਜੇ ਉਹ ਕਰਨਗੇ ਉਹ ਸਿਰਫ ਸਿੰਗਲ ਡਲਟਸ ਦੀਆਂ ਹੋਣਗੀਆਂ, ਫੈਮਲੀਜ਼ ਦੀਆਂ ਨਹੀਂ। ਸੋ ਜਿਹੜੇ ਫੈਮਲੀ ਨਾਲ ਆਉਂਦੇ ਆ ਸਿੰਗਲ ਡਲਟਸ ਬਟ ਨਾਟ ਫੈਮਲੀਜ਼ ਵਿਲ ਬੀ ਹੈਲਡ ਇਨ ਬਾਰਡਰ ਪੈਟਰੋਲ ਕਸਟਡੀ ਐਂਡ ਸਬਜੈਕਟਡ ਟੂ ਫੋਨ ਬੂਥ ਅਸੈਲਮ ਇੰਟਰਵਿਊਜ਼। ਜਿਹੜੀਆਂ ਅਸੈਲਮ ਇੰਟਰਵਿਊਆਂ ਫੋਨ 'ਤੇ ਹੋਣਗੀਆਂ ਉਹ ਜਿਹੜੇ ਸਿੰਗਲ ਬੰਦੇ ਆਉਂਦੇ ਡਲਟ ਉਹਨਾਂ ਦੀਆਂ ਹੋਣਗੀਆਂ, ਪਰ ਜਿਹੜੇ ਬੱਚੇ ਆਉਂਦੇ ਜਾਂ ਫੈਮਲੀ ਨਾਲ ਆਉਂਦੇ ਆ ਉਹਨਾਂ ਦੀਆਂ ਇੰਟਰਵਿਊਜ਼ ਜਿਹੜੀਆਂ ਨੇ
वो नहीं होणगियां क्योंकि उन्होंने ज़्यादा देर कस्टडी दे विच सरकार नहीं रखना चाहती बच्चों माँ बाप समेत जिहड़े सिंगल बंदे आउणगे उन्हां दी इंटरव्यू जिहड़ी आ वो ये कह रहे हैं कि उत्थे कीती जाऊगी ते वो जे इंटरव्यू दे विच क्वालीफाई करनगे तां उन्हां नूं फिर इत्थे रिलीज़ किया जाएगा। हुण देखण वाली गल ये आ कि ये जिहड़े बंदे आ ये किहड़े बंदियां दे लागू हुंदा ये की ये सिर्फ जिहड़े सेंट्रल अमेरिकन कंट्रीज़ दे बंदे ने जिवें निकारागुआ हो गया हंडोरस एल सैलवाडोर ग्वाटेमाला वेनजुएला उन्हां ते लागू हुंदा कि जिहड़े बाकी अपने आउंदे आ इंडिया वगैरह तो या पाकिस्तान तो उन्हां ते भी लागू हुंदा। सो ये हुण समा दसेगा क्योंकि पिछली बारी जिहड़ा टाइटल 42 सी जदों वो लागू सी वो जिहड़े बंदे इंडिया वगैरह तो आउंदे सी उन्हां ते लागू नहीं सी ते ये जिहड़ा हैगा ये सिर्फ जिहड़े बंदे सेंट्रल अमेरिकन कंट्री तो आए आ उन्हां ते ही लागू सी। हुण इहदे च इक होर जिहड़ी इंपोर्टेंट खबर हैगी आ वो ये हैगी आ कि सरकार ने एक सेंट्रल अमेरिकन माइनर्स प्रोग्राम जिहड़ा क्रिएट किया आ फैमिलीज़ नूं यूनाइट करन लई कि जिहड़े सेंट्रल अमेरिकन मतलब कंट्रीज़ ने जिन्हां बारे मैं दस के हटिया आही जिहड़ा वेनजुएला ग्वाटेमाला ब्राज़ील हो गया उस तों बाद हंडोरस हो गया एल सैलवाडोर इन्हां जिहड़े बच्चे जिहड़े ने वो अपने माँ बाप तो विछड़े आ तां माँ बाप जिहड़े ने उन्हां दे अमरीका च ने उन्हां नूं यूनाइट करन वास्ते जिहड़ा हैगा वह एक प्रोग्राम है जिहदे विच कि टी वीज़ा नाँ दा एक वीज़ा हैगा जो कि वह अपलाई कर सकदे आ ते वो करके ते उन्हां दे जिहड़े पेरेंट्स दे नाल उन्हां नूं यूनाइट किया जाऊगा। ये जिहड़ा इहनूं कैम प्रोग्राम कहिंदे ने ते इह पहलां ओबामा एडमिनिस्ट्रेशन ने भी शुरू किया सी पर ट्रंप ने खत्म करता सी इस प्रोग्राम नूं। ये 2014 च पहलां स्टार्ट होया सी ट्रंप आया उन्हें इहनूं बंद करता ते हुण जिहड़ा दोबारा सरकार ने जिहड़ा हैगा वह कैम प्रोग्राम शुरू किया आ ते इहदे अंडर वो कहिंदे आ कि जिहड़े बच्चे उत्थों आउंदे ने जिन्हां दे माँ बाप इत्थे ने बच्चों नूं माँ बाप दे नाल जिहड़ा वो मिलाया जाएगा। इहदे नाल नाल जिहड़ी अगली इंपोर्टेंट खबर आ वो ये हैगी आ कि जिहड़ा ट्रांजिट बैन रूल आ जिहनूं कि सरकार ने प्रपोज़ किया आ फैडरल रजिस्टर पब्लिश किया कि जे बंदा लंघ के आउंदा किसी कंट्री चों थर्ड कंट्री चों उत्थे सैलम अपलाई करे। सो ये रूल नूं काफ़ी ज़्यादा इहदी अमरीका च विरोधता हुई आ ते इन्हें जो इन्होंने पब्लिश किया फैडरल रजिस्टर के क्योंकि इतने रूल आ ला आ कि जो भी तुम्हें कोई नवा रूल बनाना उन्हों पब्लिश करना पैंता लोगों के कॉमेंट्स लिए तो कॉमेंट फिर देखने पैंते हैं तो वो मुताबिक जो कुछ चेंज करनी वो भी कर सकते हो जो कॉमेंट्स को इग्नोर भी कर सकते हो ये जी सरकार की मर्जी है। तो 33,000 लोगों ने कॉमेंट अपने भेजे ने अपोज़ करने लिए। सो 33,000 बंदे ने जोड़ा डेटा आया वो जिहड़ा थर्ड कंट्री सेफ रूल आ जिहनूं कि ट्रांजिट बैन रूल कहिंदे आ जिहड़ा कि लागू होना अजे होया नहीं इहदे नूं अपोज़ करन वास्ते 33,000 बंदियां ने मैसेज भेजे ने जां कमेंट लिखे ने अपने ते उन्हां ने कहा भी ये जिहड़ा रूल आ ये गलत आ ये जिहड़े सैलम करना चाहुंदे उन्हां नाल धक्का ते ये नहीं होना चाहीदा। ते हुण देखदे आ कि सरकार इहदे विच की चेंज करदी आ जां इहनूं कदों लागू करदी आ ते जे लागू हुंदा तां किहड़े इह बंदियां ते लागू जिहड़ा उह होएगा। तो ये बारे जी हैगी हूँ पता लगेगा। तो बाकी जी टाइटल 42 बारे जी सरकार ने तैयारी की तो इन्होंने हूँ ब्रिक एंड मोटर प्रोसैसिंग सेंटर बनाए ने जिड़े कि रीजनल हब वगू हो जे कि स्क्रीन करे जे बंदे आते बहरों तो ये जोड़े हब है ने ये लैटिन अमेरिकन जिहड़ियां पॉइंट्स ने उत्थे होणगे ताकि बंदियां नूं उत्थे रोकिया जा सके ते उहनां नूं चैनल किया जा सके होरां कंट्रियां जिहनां ने कैनेडा नाल भी गल कीती है स्पेन नाल भी कीती है मैक्सीको नाल भी कीती है। मैक्सीको ने भी कहा भी 30,000 बंदा असीं लैण नूं तैयार हाँ ते इस तरह इहनां दी कोशिश होगी भी जिहड़े बंदे ने उहनां नूं उहनां दीआं जिहड़ियां कंट्रियां ने उत्थों ही किते रीसैटल किया जाए ताकि सारे जिहड़े अमरीका च आ जांदे उहनां नूं अमरीका च आउण तों रोकिया जाए। सो ये हुण देखदे आ 11 तरीक नूं की हुंदा क्योंकि बड़ी इंपोर्टेंट यह डिवेलपमेंट आ जिहड़ी कि हुण जा रही आ। पॉसीबिलिटी यह भी सानूं सुणन नूं मिल रही आ कि जिहड़ियां मतलब कोर्टां ने वह भी एक्टिवली कोई रोल प्ले कर सकदियां जिवें पिछे सुप्रीम कोर्ट ने किया जां कई जिहड़े हैगे डिस्ट्रिक्ट कोर्ट जजेस ने किया खास करके टैक्सस दे इक जज ने ते उस तरह ही जे किसी ने इहनूं स्टे देती तो यह कहता भी इनू तुसी खत्म नहीं कर सकते तो होर लागू ये हो सकता
ਅਤੇ ਪਰ ਗੌਰਮੈਂਟ ਦੀ ਪੂਰੀ ਤਿਆਰੀ ਹੈ, ਜਿਵੇਂ ਮੈਂ ਦੱਸਿਆ ਉਹਨਾਂ ਨੇ 1500 ਹੋਰ ਆਰਮੀ ਦੇ ਬੰਦੇ ਉੱਥੇ ਜਿਹੜੇ ਭੇਜੇ ਆ ਬਾਰਡਰ 'ਤੇ ਰੋਕਣ ਲਈ, ਤਾਂ ਕਿ ਬੰਦੇ ਨਾ ਆ ਸਕਣ। ਅਤੇ ਇਹਨਾਂ ਨੇ ਜਿਵੇਂ ਉਹ ਐਪ ਜਾਰੀ ਕੀਤੀ ਹੈ ਵੀ ਜਿਹਨੇ ਸੈਲਮ ਅਪਲਾਈ ਕਰਨਾ ਉਹਦੇ ਰਾਹੀਂ ਕਰੇ, ਤਾਂ 1000 ਬੰਦਾ ਰੋਜ਼ ਦਾ ਹੀ ਐਡਮਿਟ ਹੋਊਗਾ ਸੈਲਮ ਵਾਲਾ, ਅਤੇ ਉਹ ਜੇ ਕੋਈ ਉੱਥੋਂ ਬਿਨਾਂ ਆਊਗਾ ਤਾਂ ਉਹਨੂੰ ਡਿਪੋਰਟ ਕੀਤਾ ਜਾ ਸਕਦਾ। ਸੋ ਇਹ ਹੁਣ ਸਮਾਂ ਹੀ ਦੱਸੂਗਾ 11 ਤਰੀਕ ਤੋਂ ਬਾਅਦ ਦਾ। ਸੋ ਨੈਕਸਟ ਪ੍ਰੋਗਰਾਮ ਦੇ ਵਿੱਚ ਆਪਾਂ ਡਿਸਕਸ ਜ਼ਰੂਰ ਕਰਾਂਗੇ ਕਿ ਕੀ ਇਹਦੀ ਇੰਪਲੀਮੈਂਟੇਸ਼ਨ ਜਿਹੜੀ ਹੈ 11 ਤੋਂ ਬਾਅਦ ਹੋਈ ਹੈ।